Mira, 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 mira
ਤਾੜੀਆਂ ਤੇ ਲੋਕ ਤੇ ਸੁਪਾਰੀਆਂ ਹੋਰਾਂ ਤਾੜੀਆਂ ਨੇ ਲੋਕ ਤੇ ਸੁਪਾਰੀਆਂ ਹੋਰਾਂ ਤਾੜੀਆਂ ਨੇ ਲੋਕ ਤੇ ਸੁਪਾਰੀਆਂ ਸ਼ੀਸ਼ ਚੜਾਉਂਦੇ ਨੇ ਸ਼ੀਸ਼ ਤੇ ਚੜਾਉਂਦੇ ਨੇ ਉਹ ਸ਼ੀਸ਼ ਚੜਾਉਂਦੇ ਨੇ ਸ਼ੀਸ਼ ਚੜਾਉਂਦੇ ਨੇ ਕੋਈ ਇਹਨੇ ਆਲ ਮੇਰੀ ਮਾਂ ਕਰਦੀ ਸਭ ਡੋਲੇ ਨਾਲ ਮੇਰੀ ਮਾਂ ਸ਼ੀਸ਼ ਜੋੜਿਆ ਸ਼ੀਸ਼ ਜੋੜਿਆ ਤੇ ਲੱਗ ਤੇ ਜਗਾਰੇ ਸ਼ੀਸ਼ ਜੋੜਿਆ ਤੇ ਲੱਗ ਤੇ ਜਗਾਰੇ ਹੋਈ ਜਗਾਰ ਭਗਤੋ ਹੋਈ ਜਗਾਰ ਭਗਤੋ ਹੋਈ ਜਗਾਰ ਭਗਤੋ ਹੋਈ ਜਗਾਰ ਭਗਤੋ ਮਾਣੇ ਭਗਤਾਂ ਦਾ ਸ਼ੀਸ਼ ਮਿਲਾਇਆ ਹਾਜ਼ਰੀਆਂ ਪ੍ਰਵਾਨ ਕੀਤੀਆਂ ਹੁਕਮ ਕੀਤਾ ਕਿ ਜਾਨੂ ਮੇਰੇ ਦਰਬਾਰ ਵਿੱਚ ਕਿਸੇ ਨੂੰ ਹੱਕ ਨਹੀਂ ਕਿ ਉਹਦੇ ਸਰੀਰ ਦੇ ਕਿਸੇ ਅੰਗ ਦੀ ਪੇਸ਼ ਲਵੇ ਨਾ ਮੈਂ ਸ਼ੀਸ਼ ਮੰਗਦੀ ਨਾ ਮੈਂ ਸਰੀਰ ਦੇ ਕਿਸੇ ਅੰਗ ਦੀ ਭੇਟ ਮੰਗਦੀ ਪਰ ਮੈਨੂੰ ਖੁਸ਼ ਕਰਨਾ ਹੈ ਸ਼ਰਧਾ ਨਾਲ ਚੜਾਇਆ ਹੋਇਆ ਨਾਰੀਅਲ ਉਸ ਨੂੰ ਮੈਂ ਸ਼ੀਸ਼ ਦੀ ਭੇਟ ਸਮਝ ਕੇ ਸਵੀਕਾਰ ਕਰਾਂਗੇ ਬੋਲ ਸੱਚੇ ਦਰਬਾਰ ਮਾਣੇ ਭੇਟਾਂ ਕਬੂਲ ਕੀਤੀਆਂ ਭੇਟਾਂ ਕਬੂਲ ਕਰਕੇ ਮਾਂ ਆਪਣੀ ਗੁਫਾ ਵੱਲ ਚਲੀ ਮਾਂਦਰ ਧਿਆਨ ਹੋ ਗਈ ਉਹਦੇ ਕੌਣ ਰਹਿ ਗਿਆ ਲੰਗਰ ਵੀਰ ਧਿਆਨ ਭਗਤ ਔਰ ਵੀਰ ਬਜਰੰਗਲੀ ਹਨੁਮਾਨ ਹਨੁਮਾਨ ਜੀ ਦੇ ਚਰਨਾਂ ਵਿੱਚ ਧਿਆਨ ਕਹਿੰਦੇ ਅਸੀਂ ਮਾਤਾ ਜੀ ਗ੍ਰੰਥਾ ਕੀਤਾ ਕਿ ਮਾਂ ਨੇ ਸਾਡਾ ਜੀ ਗ੍ਰੰਥਾ ਦੇਖੇ ਲਾ ਗਿਆ ਕਬੂਲ ਕਰ ਲਿਆ ਲੰਗਰ ਵੀਰ ਨਾਲ ਵੀ ਸਨੇਹ ਲਾਇਆ ਧਿਆਨ ਤੁਸੀਂ ਬੜੀਆਂ ਸੁੰਦਰ ਭੇਟਾਂ ਗਾਈਆਂ ਬੜਾ ਸਰਧਾ ਨਾਲ ਮਾਂ ਰਿਝਾਇਆ ਨੱਚ ਨੱਚ ਕੇ ਮਾਂ ਨੂੰ ਬਣਾਇਆ ਆਏ ਹੋਏ ਰਿਸ਼ਤੇਦਾਰਾਂ ਦੀ ਹਾਜ਼ਰੀਆਂ ਲਵਾਈਆਂ ਸਾਡੇ ਵਿੱਚ ਕੋਈ ਵੀ ਵਿਦਵਾਨ ਨਹੀਂ ਸਭ ਛੋਟੇ ਛੋਟੇ ਬਾਲਕਾਂ ਚੇਲੇ ਆ ਸੇਵਕਾਂ ਇਹ ਕਥਾ ਸਾਨੂੰ ਤੁਸੀਂ ਸੁਣਾਓ ਲੰਗਰ ਵੀਰ ਹਨੁਮਾਨ ਨੇ ਇਹ ਕਥਾ ਸੁਣਾਈ ਸੁਣ ਲੋ ਭਗਤੋ ਲਗਾ ਸੁਣਾਵਨ ਜੋਤ ਸੇ ਜੋਤ ਜਲਾਤੇ ਚਲੋ ਪ੍ਰੇਮ ਕੀ ਗੰਗਾ ਬਹਾਤੇ ਚਲੋ ਪ੍ਰੇਮ ਕੀ ਗੰਗਾ ਬਹਾਤੇ ਚਲੋ ਰਾਹ ਮੇ ਆ ਇਹ ਜੋ ਦੀਨ ਦੁਖੀ ਰਾਹ ਮੇ ਆਏ ਜੋ ਦੀਨ ਦੁਖੀ ਸਭ ਕੋ ਗਲੇ ਸੇ ਲਗਾਤੇ ਚਲੋ ਸਭ ਕੋ ਗਲੇ ਸੇ ਲਗਾਤੇ ਚਲੋ ਜਿਸ ਕਾ ਨਾ ਕੋਈ ਸੰਗੀ ਸਾਥੀ ਈਸ਼ਵਰ ਹੈ ਰਖਵਾਲਾ ਜਿਸ ਕਾ ਨਾ ਕੋਈ ਸੰਗੀ ਸਾਥੀ ਈਸ਼ਵਰ ਹੈ ਰਖਵਾਲਾ ਜੋ ਨਿਰਬਲ ਹੈ ਉਹ ਹੈ ਪ੍ਰਭੂ ਤੋ ਪਿਆਰਾ ਦੇਖ ਜਿਆ ਕੇ ਦੀਪ ਦਇਆ ਕੇ ਜਲਾਤੇ ਚਲੋ ਪ੍ਰੇਮ ਕੀ ਗੰਗਾ ਬਹਾਤੇ ਚਲੋ ਪ੍ਰੇਮ ਕੀ ਗੰਗਾ ਬਹਾਤੇ ਚਲੋ ਜੋਤ ਸੇ ਜੋਤ ਜਲਾਤੇ ਚਲੋ ਜੋਤ ਸੇ ਜੋਤ ਜਲਾਤੇ ਚਲੋ ਪ੍ਰੇਮ ਕੀ ਗੰਗਾ ਬਹਾਤੇ ਚਲੋ ਤੇਰੇ ਭਾਗੇ ਕੇ ਚਮਕੇਗੇ ਤਾਰੇ ਪੂਰੇ ਹੋਗੇ ਸਵਾਲ ਤੇਰੇ ਸਾਰੇ ਭਰੋਸਾ ਰੱਖ ਮਾਤਾ ਰਾਣੀ ਤੇ 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 ਤੇਰੇ ਆਸ ਪਾਸ ਹੈ ਮਾਂ ਤੁਝਸੇ ਨਾ ਦੂਰ ਹੋ ਸੇ ਨਾ ਦੂਰ ਵੋ ਤੁਝਸੇ ਨਾ ਦੂਰ ਵੋ ਆਜ ਨਹੀਂ ਕੱਲ ਤੇਰੀ ਸੁਣੇਗੀ ਜ਼ਰੂਰ ਵੋ ਸੁਣੇਗੀ ਜ਼ਰੂਰ ਵੋ ਸੁਣੇਗੀ ਜ਼ਰੂਰ ਵੋ ਤੇਰੀ ਆਸਾ ਕਰੋ ਅਜਮਾਏਗੀ ਤੇਰੀ ਆਸਾ ਕਰੋ ਅਜਮਾਏਗੀ ਫਿਰ ਖੁਦ ਹੀ ਸਹਾਰਾ ਬਣ ਜਾਏਗੀ ਭਰੋਸਾ ਰੱਖ ਮਾਤਾ ਰਾਣੀ ਤੇ ਭਰੋਸਾ ਰੱਖ ਮਹਾਰਾਣੀ ਤੇ ਰਿਸ਼ੀਆਂ ਦਾ ਭੋਜਨ ਸਾਰਾ ਜਹਿਰ ਹੋ ਗਿਆ
ਖੁਸ਼ੀਆਂ ਦਾ ਭੋਜਨ ਸਾਰਾ ਜ਼ਹਿਰ ਹੋ ਗਿਆ ਖਾਣ ਕੇ ਭੰਡਾਰਾ ਉਹ ਮਰ ਜਾਣਗੇ ਜਗ ਤੋਂ ਕਿਨਾਰਾ ਉਹ ਕਰ ਜਾਣਗੇ ਕਰ ਜਾਣਗੇ ਭਗਤਾਂ ਦਾ ਭਗਤਾਂ ਨਾਲ ਸੰਤਾਂ ਦਾ ਸੰਤਾਂ ਨਾਲ ਵੈਰ ਹੋ ਗਿਆ ਰਿਸ਼ੀਆਂ ਦਾ ਭੋਜਨ ਸਾਰਾ ਜ਼ਹਿਰ ਹੋ ਗਿਆ ਰਿਸ਼ੀਆਂ ਦਾ ਭੋਜਨ ਸਾਰਾ ਜ਼ਹਿਰ ਹੋ ਗਿਆ ਭਗਤਾਂ ਦਾ ਭੋਜਨ ਸਾਰਾ ਜ਼ਹਿਰ ਹੋ ਗਿਆ ਜ਼ਹਿਰ ਪ੍ਰਸ਼ਾਦ ਕਰਕੇ ਸਭ ਕੁਝ ਦੇਖ ਰਿਹਾ ਕਿਹੜਾ ਕਿਹੜਾ ਭਗਤ ਖਾਏਗਾ ਜਿਹੜਾ ਭਗਤ ਖਾਏਗਾ ਮੌਤ ਦੇ ਮੂੰਹ ਵਿੱਚ ਚਲਾ ਜਾਏਗਾ ਬੋਲੋ ਸੱਚੇ ਦਰਬਾਰ ਕੀ ਜੈ ਬੋਲੋ ਸੱਚੇ ਕਿਸੇ ਸੰਤ ਪੁਰਸ਼ ਕੋਲ ਪੁੱਛਿਆ ਵੀ ਮਹਾਰਾਜ ਜੀ ਮੰਦਰ ਜਾਣ ਦਾ ਨਾਲ ਕੀ ਹੋਇਆ ਉਹ ਕਹਿੰਦਾ ਬੇਟਾ ਇਸ ਤਰ੍ਹਾਂ ਵੀ ਹਵਾ ਆਉਂਦੀ ਹੈ ਹੁਣ ਹਵਾ ਸਾਰੇ ਲੈਂਦੇ ਨੇ ਪਰ ਹਵਾ ਕਿਸੇ ਨੇ ਦੇਖੀ ਤਾਂ ਨਹੀਂ ਆਪਾਂ ਮਹਿਸੂਸ ਕਰਦੇ ਹਾਂ ਵੀ ਹਵਾ ਆਈ ਹੈ ਪਰ ਆਪਾਂ ਪੱਖਾ ਕੋਲ ਬਣਦੇ ਹਾਂ ਪੱਖੇ ਦੇ ਕੋਲ ਆਪਾਂ ਨੂੰ ਥੋੜ੍ਹੀ ਜ਼ਿਆਦਾ ਹਵਾ ਆਉਂਦੀ ਹੈ ਆਪਾਂ ਨੂੰ ਪਤਾ ਵੀ ਇੱਥੋਂ ਹਵਾ ਆਪਾਂ ਨੂੰ ਜ਼ਿਆਦਾ ਆਏਗੀ ਉਸੇ ਤਰ੍ਹਾਂ ਆਪਾਂ ਜਦੋਂ ਗੁਰਦੁਆਰੇ ਜਾਂ ਮੰਦਰ ਜਾਂਦੇ ਆਪਾਂ ਨੂੰ ਪਤਾ ਹੁੰਦਾ ਆਪਾਂ ਨੂੰ ਇੱਥੇ ਕੁਛ ਨਾ ਕੁਛ ਮਿਲੇਗਾ ਆਪਣੀ ਭਾਵਨਾ ਜੁੜੀ ਹੁੰਦੀ ਹੈ ਸੋ ਮਹਾਮਾਈ ਦੇ ਚਰਨਾਂ 'ਚ ਜਗਰਾਤੇ ਵਾਸਤੇ ਆਪਾਂ ਉਹ ਵੀ ਕਹਿੰਦੇ ਹਾਂ ਜ਼ਰੂਰੀ ਹੁੰਦਾ ਪੰਜਾਹ ਜਣੇ ਬੈਠੇ ਹੋਣ ਪੰਜ ਸੌ ਬੰਦਾ ਬੈਠਾ ਹੋਵੇ ਸੁਣਨ ਵਾਲਾ ਇੱਕ ਬੰਦਾ ਹੋਵੇ ਅਤੇ ਮਹਾਮਾਈ ਉਸ ਜਗਰਾਤੇ ਨੂੰ ਸਵੀਕਾਰ ਕਰ ਲੈਂਦੀ ਹੈ ਇੱਕ ਵਾਰੀ ਦੋਨੋਂ ਹੱਥ ਉਠਾ ਕੇ ਜੈਕਾਰਾ ਸ਼ੇਰਾਂ ਵਾਲੀ ਮਾਈ ਦਾ ਕਿਹੜੇ ਕਿਹੜੇ ਕਥਾ ਸੁਣਦੇ ਸੀ ਅੱਛਾ ਹੱਥ ਥੱਲੇ ਕਰੋ ਮੈਂ ਦੱਸੋ ਕਥਾ ਕਿੱਥੇ ਸੀ ਬਹੁਤ ਅੱਛੀ ਸਾਡਾ ਜਗਰਾਤਾ ਸੀ ਉਹ ਬੀਬੀ ਕਹਿੰਦੀ ਮੈਂ ਕਿਹਾ ਮਾਤਾ ਜੀ ਕਥਾ ਕਹਿੰਦੀ ਲੱਗਿਆ ਰੇ ਕਾਕਾ ਤੇਰੇ ਤੇ ਵਿਸ਼ਵਾਸ ਹੈ ਬੋਲੋ ਸੱਚੀ ਦੇ ਦਰਬਾਰ ਕੀ ਸੋ ਮੈਂ ਨਾ ਕਰਿਆ ਵੀ ਸਾਡੇ ਤੇ ਵਿਸ਼ਵਾਸ ਹੈ ਕਿਉਂਕਿ ਸਹੀ ਮਾਸਟਰ ਤੋਂ ਹੁੰਦਾ ਨਾ ਜਿਹੜਾ ਬੱਚਿਆਂ ਨੂੰ ਪੁੱਛੇ ਵੀ ਸਮਝ ਆ ਰਹੀ ਹੈ ਕਿ ਨਹੀਂ ਆ ਰਹੀ ਪੁੱਛਦੇ ਨਹੀਂ ਆਪਾਂ ਸਕੂਲ ਪੜ੍ਹੇ ਹਾਂ ਸਾਰੇ ਉਹ ਪੁੱਛਦੇ ਕਿਉਂ ਜੀ ਵੀ ਸਮਝ ਆ ਰਹੀ ਹੈ ਕਿ ਨਹੀਂ ਨਹੀਂ ਆ ਰਹੀ ਦੁਬਾਰਾ ਪੁੱਛ ਲਓ ਕਿਉਂਕਿ ਕਿਸੇ ਨੂੰ ਆਮ ਤੌਰ 'ਤੇ ਹੁਣ ਤਾਂ ਇੱਕ ਜਦੋਂ ਪੱਕਾ ਜਾਗਰਣ ਹੁੰਦਾ ਸੀ ਅੱਜ ਤੋਂ 35 ਸਾਲ 40 ਸਾਲ ਪਹਿਲਾਂ ਚਲੇ ਗਏ ਉਦੋਂ ਕੋਈ ਨਹੀਂ ਹੁੰਦਾ ਉਦੋਂ ਸਿਰਫ ਇੱਕ ਡੋਲਕੀ ਹੁੰਦੀ ਸੀ ਅਤੇ ਸਾਰੇ ਬੈਠੇ ਹੁੰਦੇ ਸੀ ਅਤੇ ਉਦੋਂ ਮਹਾਮਾਈ ਦਾ ਜਿਹੜਾ ਜਾਗਰਣ ਹੁੰਦਾ ਉਹ ਹੁੰਦਾ ਸੀ ਅੱਜ ਕੱਲ੍ਹ ਤਾਂ ਤਕਰੀਬਨ ਆਪਾਂ ਕੀ ਕਰਦੇ ਹਾਂ ਵੀ ਮਹਾਮਾਈ ਨੂੰ ਬੁਲਾਉਂਦੇ ਹਾਂ ਆਪਾਂ ਬਾਹਰੋਂ ਹੀ ਤੋਰ ਦਿੰਦੇ ਹਾਂ ਅੰਦਰ ਤਾਂ ਭੱਲੇ ਕੀ ਨਹੀਂ ਜਾਂਦੇ ਸਹੀ ਹੈ ਕਿ ਗਲਤ ਹੈ ਜੀ ਤਕਰੀਬਨ ਹੁਣ ਰਿਵਾਜ਼ ਚੱਲ ਪਿਆ ਪਰ ਇਹਨਾਂ ਦੀ ਇੱਕ ਖਾਸੀਅਤ ਹੈ ਵੀ ਇਹਨਾਂ ਨੇ ਕਿਹਾ ਜਿਹੜਾ ਦਰਬਾਰ ਤੁਹਾਡਾ ਸਿੱਧ ਕੀਤਾ ਹੋਵੇ ਉਹ ਵੀ ਲੈ ਕੇ ਆਇਆ ਜੀ ਦਰਬਾਰ ਆਪਾਂ ਗੋਲਡਨ ਵੀ ਦਰਬਾਰ ਤਾਂ ਕੋਈ ਵੀ ਲਾ ਸਕਦੇ ਪਰ ਕੋਸ਼ਿਸ਼ ਕਰਿਆ ਕਰੋ ਜਦੋਂ ਵੀ ਮਹਾਮਾਈ ਦਾ ਕੋਈ ਕੀਰਤਨ ਆਪਾਂ ਸਿੱਧ ਦਰਬਾਰ ਸਾਹਿਬ ਅੰਦਰ ਕਿਉਂ ਬੁਲਾਉਂਦੇ ਹਾਂ ਵੀ ਮਹਾਰਾਜ ਜੀ ਆਪਣੇ ਅੰਦਰ ਹੋ ਕੇ ਜਾਣ ਬਾਹਰ ਤਾਂ ਆਪਾਂ ਸਾਰਿਆਂ ਨੂੰ ਹੁਣ ਆਪਾਂ ਸੋਚਦੇ ਹਾਂ ਵੀ ਬਾਹਰੋਂ ਬਾਹਰੋਂ ਬੁਲਾ ਕੇ ਤੋਰ ਦਈਏ ਕੁਛ ਦੇਖ ਜਾਏਗਾ ਕੁਛ ਨਹੀਂ ਦੇਖ ਜਾਂਦਾ ਅਗਲਾ ਕਹਿੰਦਾ ਮੈਨੂੰ ਘਰੇ ਹੀ ਨਹੀਂ ਲੈ ਕੇ ਗਏ ਸੋ ਕੋਸ਼ਿਸ਼ ਕਰਿਆ ਕਰੋ ਮਹਾਮਾਈ ਦਾ ਜਦੋਂ ਵੀ ਫੇਰਾ ਪਵਾਉਂਦੇ ਹੋ ਤੁਸੀਂ 2 ਮਿੰਟ ਵਾਸਤੇ ਮਾਂ ਦੇ ਚਰਨ ਕਿਉਂਕਿ ਕੰਜਕਾਂ ਨੂੰ ਆਪਾਂ ਪੂਜਨ ਅੰਦਰ ਅਸੀਂ ਕਿਉਂ ਕਰਾਉਂਦੇ ਹਾਂ ਬਾਹਰ ਦੇ ਕਰਾਉਂਦੇ ਵੀ ਘੱਟੋ ਘੱਟ ਅਸੀਂ ਮਹਾਮਾਈ ਨੂੰ ਕੰਨਿਆ ਦਾ ਰੂਪ ਆਪਾਂ ਮਾਂ ਨੂੰ ਸਮਝਦੇ ਹਾਂ ਬੋਲੋ ਸੱਚੇ ਥੋੜਾ ਗੱਜ ਕੇ ਕੀ ਗੱਲ ਬੈਂਟਰੀ ਡਾਊਨ ਹੋ ਗਈ ਇੱਕ ਵਾਰੀ ਪਤਾ ਲੱਗੇ ਜੇ ਖਰਾ ਸ਼ੇਰਾਂ ਵਾਲੀ ਮਾਈ ਦਾ ਜਾਗਦੇ ਰਹੋ ਠੀਕ ਹੈ ਨਾ ਦੁਬਾਰਾ ਫਿਰ ਵਿੱਚੋਂ ਐਂਟਰੀ ਹੋਣੀ ਹੈ ਮੰਗਾ ਸਾਹਿਬ ਸਹੀ ਹੈ ਨਾ ਬੋਲੋ ਸੱਚੇ ਦਰਬਾਰ ਕੀ ਜੈ ਇਸੇ ਤਰ੍ਹਾਂ ਇੱਕ ਆਪਾਂ ਛੋਟਾ ਜਿਹਾ ਕੀਰਤਨ ਕਰ ਲੈਂਦੇ ਹਾਂ ਤੁਸੀਂ ਵੀ ਜਾਗ ਜੋਗੇ ਪਾਰ ਕਰੋ ਮੇਰਾ ਬੇੜਾ ਭਵਾਨੀ ਪਾਰ ਕਰੋ ਮੇਰਾ ਬੇੜਾ ਪਾਰ ਕਰੋ ਮੇਰਾ ਬੇੜਾ ਭਵਾਨੀ ਪਾਰ ਕਰੋ ਮੇਰਾ ਬੇੜਾ ਤੇਰੇ ਬਿਨ ਲਗਦਾ ਨਦੀ
ਮੇਰਾ ਤੇਰੇ ਬਿਨਾਂ ਲੱਗਦਾ ਨਾ ਜੀ ਮੇਰੇ ਘਰ ਆਵਾਰਾ ਓ ਆ ਮਾਤਾ ਆ ਮਾਤਾ ਆ ਮਾਤਾ ਕਰਿਆ ਮਾਤਾ ਆ ਮਾਤਾ ਆ ਮਾਤਾ ਆ ਮਾਤਾ ਕਰਿਆ ਮਾਤਾ ਤੇਰੇ ਬਿਨਾਂ ਲੱਗਦਾ ਨਾ ਜੀ ਮੇਰੇ ਘਰ ਆਵਾਰਾ ਮੇਰਾ ਤੇਰੇ ਬਿਨਾਂ ਲੱਗਦਾ ਨਾ ਜੀ ਮੇਰੇ ਘਰ ਆਵਾਰਾ ਬੋਲ ਸੱਚੇ ਦਰਬਾਰ ਜੋਰਦਾਰ ਤਾਲੀ ਚਾਹੀਦੀ ਜੀ ਬਸ ਬਸ ਆਪਾਂ ਅਕਸਰ ਕਹਿੰਦੇ ਹਾਂ ਵੀ ਇਸ ਸੰਸਾਰ ਦੇ ਵਿੱਚ ਅਗਰ ਕੰਠ ਵਿੱਚ ਮਾਂ ਸਰਸਵਤੀ ਬਿਰਾਜਮਾਨ ਹੁੰਦੀ ਹੈ ਤਾਂ ਹੀ ਉਹ ਸੁਰੀ ਲਗਾ ਇੱਕ ਨਾਮ ਔਰ ਸਰਸੰਚਲ ਜੀ ਸੀ ਇੱਕ ਗੱਲ ਸੋਲਾ ਨੇ ਸਿੱਧ ਮਾਂ ਸਰਸਵਤੀ ਸਵੈ ਬਿਰਾਜਮਾਨ ਨੇ ਬਹੁਤ ਸੱਚੇ ਦਰਬਾਰ ਪ੍ਰਸ਼ਾਦ ਜ਼ਹਿਰ ਹੋ ਗਿਆ ਜ਼ਹਿਰ ਹੋਤੇ ਨਾ ਭਗਤਾਂ ਨੇ ਵੇਖਿਆ ਨਾ ਸੰਗਤ ਨੇ ਵੇਖਿਆ ਕਿਹਨੇ ਵੇਖਿਆ ਉਸੇ ਪਾਪਾਂ ਦੀ ਹਿੰਡ ਕਿਰਲੀ ਉਹੀ ਰੁਕਮਣੀ ਦੀ ਕਿਰਲੀ ਬਣੀ ਹੋਈ ਹੈ ਪਾਂਡਵਾਂ ਦੇ ਮੰਦਰ ਦੇ ਅੰਦਰ ਪੀਪਲ ਦਾ ਪੇੜ ਸੀ ਪੇੜ ਦੇ ਹੇਠਾਂ ਪ੍ਰਸ਼ਾਦ ਭਗਤਾਂ ਨੇ ਬਣਾਇਆ ਉਹ ਟਾਹਣੀਆਂ ਲੱਗੀ ਹੋਈ ਹੈ ਕਹਿੰਦੀ ਮੁੱਖ ਨਾ ਹੱਲੇ ਮੇਰੀ ਜੀਵਾ ਨਾਚ ਰਹੇ ਦੇਵਾ ਜੀ ਕਿਸ ਰੂਪ ਮੈਂ ਬਤਾ ਇਹ ਤੇਰੇ ਸਾਰੇ ਭਗਤ ਮਰ ਜਾਣਗੇ ਤੇਰਾ ਜ਼ਹਿਰ ਪਿੰਡਾ ਖਾ ਪਾਪੀ ਦਾ ਪਾਪ ਕਮਾ ਕੇ ਚਲਾ ਗਿਆ ਲੇਕਿਨ ਪਾਪ ਹੁੰਦਿਆਂ ਮੈਂ ਆਪਣੀ ਅੱਖਾਂ ਨਾਲ ਦੇਖਿਆ ਜਿੰਨਾ ਵੀ ਪਾਪੀ ਨੂੰ ਪਾਪ ਕਰਨ ਦਾ ਫਲ ਮਿਲੇਗਾ ਉਹਨਾਂ ਮੈਨੂੰ ਪਾਪ ਵੇਖਣ ਦਾ ਵੀ ਫਲ ਮਿਲੇਗਾ ਇਹ ਪ੍ਰਸ਼ਾਦ ਜ਼ਹਿਰ ਹੋ ਗਿਆ ਮੇਰੇ ਹੱਥਾਂ ਵਿੱਚ ਤਾਕਤ ਨਹੀਂ ਮੂੰਹ ਵਿੱਚ ਜ਼ਬਾਨ ਨਹੀਂ ਭਗਤਾਂ ਦੱਸਾਂ ਭਗਤਾਂ ਪ੍ਰਸ਼ਾਦ ਜ਼ਹਿਰ ਨਾ ਖਾਇਓ ਹੱਥਾਂ ਵਿੱਚ ਤਾਕਤ ਨਹੀਂ ਚੁੱਕੇ ਡੋਲ ਦਿਆਂ ਮੈਂ ਕੀ ਕਰਾਂ ਦੁਵਿਧਾ ਵਿੱਚ ਪੈ ਗਈ ਮਾਂ ਦੇ ਅੱਗੇ ਬੇਨਤੀ ਲਗਾਈ ਕਿ ਮਾਂ ਮੈਨੂੰ ਸ਼ਕਤੀ ਦੇ ਤਾਂ ਕਿ ਮੇਰੇ ਭਗਤਾਂ ਦੀ ਪ੍ਰਾਣ ਦੀ ਰਕਸ਼ਾ ਕਰ ਸਕਾਂ ਜਿਸ ਨੇ ਮਾਂ ਦੇ ਚਰਨਾਂ 'ਚ ਅਰਾਧਨਾ ਕੀਤੀ Oh,
ਖਟ ਖਟ ਸ਼ਾਮ ਸਤਾਏ ਮੋਰੀ ਚੁਨਰੀਆਂ ਲਿਪਟੀ ਜਾਏ ਹਾਏ ਕਿਆ ਕਰੂੰ ਹਾਏ ਰਾਮ ਹਾਏ ਹੋਰ ਬਏ ਪਲਘਟ ਪਰ ਐਕਟਿਤਾ ਇਹ ਅਸਲੀਅਤ ਹੈ ਮੈਂ ਕਦੇ ਕਥਾ ਚ ਨਹੀਂ ਬੈਠਾ ਆ ਪਿਛਲੇ ਇਹਨਾਂ ਨੂੰ ਪਤਾ ਹੈ ਮੈਂ ਇੰਟਰਵੈਲ ਬੜੇ ਚਲਾ ਜਾਂਦਾ ਹੁੰਦਾ ਪਰ ਮੇਰਾ ਕਰਦਾ ਹੈ ਤਾਂ ਕਰਕੇ ਅਸੀਂ ਚਲੋ ਭੋਰ ਭਏ ਪਲਘਟ ਪਰ ਮੋਹੇ ਨਟ ਖਟ ਸ਼ਾਮ ਸਤਾਏ ਮੋਰੀ ਚੁਨਰੀਆਂ ਲਿਪਟੀ ਜਾਏ ਹਾਏ ਕਿਆ ਕਰੂੰ ਹਾਏ ਰਾਮ ਹਾਏ ਭੋਰ ਭਏ ਪਲਘਟ ਪਰ ਕਪੜਾ ਦੇ ਕਪੜਾ ਲੱਗੇਗਾ ਵੀ ਤੁਸੀਂ ਆਪਦੇ ਵਾਸਤੇ ਕਰਦੇ ਹੋ ਜੇ ਤੂੰ ਬੇਲੀਆਂ ਤਨ ਮਨ ਦੇ ਨਾਲ ਜੇ ਤੂੰ ਬੇਲੀਆਂ ਤਨ ਮਨ ਦੇ ਨਾਲ ਸੇਵਾ ਕਰਦਾ ਜਾਵੇਗਾ ਸਤਨਾਮ ਵਾਹਿਗੁਰੂ ਕਰਦਾ ਤੂੰ ਭਵ ਸਾਗਰ ਤੋਂ ਤਰਦਾ ਤਾੜੀ ਮਾਰ ਕੇ ਜੇ ਤੂੰ ਬੇਲੀਆਂ ਤਨ ਮਨ ਦੇ ਨਾਲ ਤਨ ਮਨ ਦੇਣਾ ਸਾਰੇ ਬੋਲੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਮੈਨੂੰ ਲਾਲ ਬਖਸ਼ਦੇ ਪੂਜਾ ਗੰਜ ਦਾ ਮੈਂ ਲੋਕੜਾ ਮਨਾਵਾ ਭਈਆ ਜੀ ਮੈਨੂੰ ਲਾਲ ਬਖਸ਼ੇ ਦੇਖੋ ਜਿਸ ਮੇਰੀ ਭੈਣ ਨੂੰ ਔਲਾਦ ਚਾਹੀਦੀ ਹੈ ਉਹ ਫੁੱਲ ਚਾਹੀਦਾ ਉਹ ਮਾਂ ਦੇ ਦਰਬਾਰ ਤੇ ਇਸ ਵੇਲੇ ਮਾਂ ਦੀ ਮੰਨਤ ਮੰਗਦੀ ਹੈ ਸਾਡੀ ਇਹ ਆਸਥਾ ਹੈ ਮਹਾਮਾਈ ਉਹਦੀ ਝੋਲੀ ਜ਼ਰੂਰ ਤੇਰੀ ਪੂਜਾ ਕਰਾਵਾ ਇਸ ਵੇਲੇ ਤੇਰੀ ਸੇਵਾ ਕਰਾਵਾ ਇਸ ਵੇਲੇ ਇਸ ਵੇਲੇ ਮਹਾਰਾਣੀਏ ਜੀ ਵਜਾ ਕਰ ਇਸ ਵੇਲੇ ਮਹਾਰਾਣੀਏ ਜੀ ਉਹ ਤੇਰੀ ਸੇਵਾ ਕਰਾਵਾ ਇਸ ਵੇਲੇ ਉਹ ਤੇਰੀ ਪੂਜਾ ਕਰਾਵਾ ਇਸ ਵੇਲੇ ਕਿ ਹੱਥ ਮੇਰੇ ਗੰਗਾ ਜਲ ਗੜ ਵਸ਼ਧਾਨ ਕਰ ਇਸ ਵੇਲੇ ਉਹ ਇਸ ਵੇਲੇ ਮਹਾਰਾਣੀਏ ਜੀ ਉਹ ਜਾਗੋ ਇਸ ਵੇਲੇ ਮਹਾਰਾਣੀਏ ਜੀ ਤੇਰੀ ਆਵਾ ਇਸ ਵੇਲੇ ਤੇਰੀ ਸੇਵਾ ਕਰਾਵਾ ਇਸ ਵੇਲੇ ਤੇ ਹੱਥ ਮੇਰੇ ਵਿੱਚ ਲਾਲ ਚੁਨਰੀਆਂ ਹੱਥ ਮੇਰੇ ਵਿੱਚ ਲਾਲ ਲਾਲ ਚੁਨਰੀਆਂ ਚੋਲਾ ਚੜਾਓ ਇਸ ਵੇਲੇ ਮਨ ਚੋਲਾ ਚੜਾਵਾ ਇਸ ਵੇਲੇ ਓ ਇਸ ਵੇਲੇ ਮਹਾਰਾਣੀਏ ਜੀ ਓ ਜਾਗੋ ਇਸ ਵੇਲੇ ਮਹਾਰਾਣੀਏ ਜੀ ਓ ਤੇਰੀ ਪੂਜਾ ਕਰਾਵਾ ਇਸ ਵੇਲੇ ਤੇਰੀ ਸੇਵਾ ਕਰਾਵਾ ਇਸ ਵੇਲੇ ਕੇ ਹੱਥ ਮੇਰੇ ਕੇਸਰ ਕਟੋਰੀ ਹੱਥ ਮੇਰੇ ਵਿੱਚ ਕੇਸਰ ਕਟੋਰੀ ਤਿਲਕ ਲਗਾਵਾ ਇਸ ਵੇਲੇ ਮਨ ਤਿਲਕ ਲਗਾਵਾ ਇਸ ਵੇਲੇ ਹੋ ਇਸ ਵੇਲੇ ਮਹਾਰਾਣੀਏ ਜੀ ਹੋ ਜਾਗੋ ਇਸ ਵੇਲੇ ਮਹਾਰਾਣੀਏ ਜੀ ਤੇਰੀ ਸੇਵਾ ਕਰਾਵਾ ਇਸ ਵੇਲੇ ਤੇਰੀ ਪੂਜਾ ਕਰਾਵਾ ਇਸ ਵੇਲੇ ਹੱਥ ਮੇਰੇ ਵਿੱਚ ਰੰਗਲੀ ਮਹਿੰਦੀ ਰੰਗਲੀ ਮਹਿੰਦੀ ਜਿਹੜੀ ਬਾਗਾਂ ਵਿੱਚ ਰਹਿੰਦੀ ਮਾਂ ਦੇ ਚਰਨੀ ਲਗਾਵਾ ਇਸ ਵੇਲੇ ਓ ਇਸ ਵੇਲੇ ਮਹਾਰਾਣੀਏ ਜੀ ਓ ਤੇਰੀ ਪੂਜਾ ਕਰਾਵਾ ਇਸ ਵੇਲੇ ਤੇਰੀ ਪੂਜਾ ਕਰਾਂ ਓ ਹੱਥ ਮੇਰੇ ਸ਼ਿੰਗਾਰ ਦੀ ਥਾਲੀ ਹੱਥ ਮੇਰੇ ਸ਼ਿੰਗਾਰ ਦੀ ਸ਼ਿੰਗਾਰ ਕਰਾਵਾ ਇਸ ਵੇਲੇ ਸ਼ਿੰਗਾਰ ਕਰਾਵਾ ਇਸ ਵੇਲੇ ਓ ਇਸ ਵੇਲੇ ਮਹਾਰਾਣੀਏ ਜੀ ਓ ਜਾਗੋ ਇਸ ਵੇਲੇ ਮਹਾਰਾਣੀਏ ਜੀ ਮਨ ਮੇਰੇ ਵਿੱਚ ਨੋਟਾ ਦੀ ਵਾਲਾ ਹੱਥ
ਮਨ ਮੇਰੇ ਵਿੱਚ ਨੋਟਾ ਵਾਲਾ ਵਰੇ ਹਾਰ ਪਣਾਵਾ ਇਸ ਵੇਲੇ ਮਨੋ ਹਾਰ ਪਣਾਵਾ ਇਸ ਵੇਲੇ ਓ ਇਸ ਵੇਲੇ ਮਹਾਰਾਣੀ ਜੀ ਜਗ ਇਸ ਵੇਲੇ ਹਰ ਮੇਰੇ ਵਿੱਚ ਨਾਰੀਅਲ ਭੇਟਾ ਭੇਟ ਚੜਾਵਾਸ ਮੇਰੇ ਹੋ ਇਸ ਵੇਲੇ ਮਹਾਰਾਣੀਏ ਜੀ ਹੋ ਜਾਗੋ ਇਸ ਵੇਲੇ ਤੇਰੀ ਸੇਵਾ ਕਰ ਓ ਹੱਥ ਮੇਰੇ ਵਿੱਚ ਕਰੀਏ ਛੁਆਰੇ ਭੋਗ ਲਗਾਵਾ ਇਸ ਵੇਲੇ ਓ ਹੱਥ ਮੇਰੇ ਵਿੱਚ ਪੰਜ ਰਸ ਮੇਰਾ ਭੋਗ ਲਗਾਵਾ ਇਸ ਵੇਲੇ ਮੇਰੇ ਵਿੱਚ ਨੋਟਾਂ ਦੀ ਮਾਲਾ ਨੂੰ ਹੱਥ ਚੜਾਵਾਂ ਇਸ ਵੇਲੇ ਮਾਨੂੰ ਹਾਰ ਚੜਾਵਾਂ ਇਸ ਵੇਲੇ ਤੇਰੀ ਸੇਵਾ ਕਰਾਵਾਂ ਇਸ ਵੇਲੇ ਤੇਰੀ ਪੂਜਾ ਕਰਾਵਾਂ ਇਸ ਵੇਲੇ ਬੋਲੇ ਪਰ ਦੱਖਣਾ ਮੇਰਾ ਚਪੇਰੇ ਦਰਸ਼ਨ ਪਾਵਾਂ ਇਸ ਵੇਲੇ ਓ ਇਸ ਵੇਲੇ ਮਹਾਰਾਣੀਏ ਜੀ ਜਾਗ ਇਸ ਵੇਲੇ ਆਪਣੀ ਆ ਕੇ ਸਭ ਕੁਝ ਦਿਖਾ ਜੋ ਜੋਲੀ ਮੇਡਾ ਸਾਜੇ ਹਰ ਇੱਕ ਰੰਗ ਚੋਲਾ ਸਾਜੇ ਮਾਤ ਕੀ ਮਹਿਮਾ ਦੇਖੋ ਰੂਪ ਦਿਨ ਰਹਿਣਾ ਜਾਗੇ ਮਾਤ ਰੰਗ ਚੋਲਾ ਸਾਜੇ ਹਰ ਇੱਕ ਰੰਗ ਚੋਲਾ ਸਾਜੇ ਓਹੇ ਨਾਲ ਚੁਨਰੀਆਂ ਸ਼ੇਰਾਂ ਕੀ ਕਰੇ ਸਵਾਰੇ ਟੋੜੇ ਲਾਲ ਚੁਨਰੀਆ ਗਹਿਣਾ ਕਾ ਕਰੇ ਸ਼ਿੰਗਾਰ ਤੇ ਪੇਜ ਭਰੇ ਦਾਤ ਨੂੰ ਤੇਰੇ ਅੱਖਰਾਂ ਪਰ ਮੁਸਕਾਨ ਤੇਰੇ ਬਾਰੇ ਸ਼ੇਰਾਂ ਪਹਿਲੀ ਕਟੋਰੀ ਚੱਕ ਅਗਮ ਦੀ ਜੋਤ ਨੂੰ ਭੋਗ ਲਗਾ ਹਲੋ ਮਈਆ ਜੀ ਅੱਜ ਭੋਗ ਗਰੀਬ ਦਾ ਜੋ ਕੋਈ ਇਸ ਭੋਗ ਕੋ ਚਾਖੇ ਜੋ ਕੋਈ ਭੋਗ ਕੋ ਚਾਖੇ ਸੋਈ ਅਮਰ ਹੋ ਜਾਵੇ ਦੇਵਾ ਜੀ ਭੋਗ ਗਰੀਬ ਦਾ ਹਲੋ ਮਈਆ ਜੀ ਅੱਜ ਭੋਗ ਗਰੀਬ ਦਾ ਮੇਰੀ ਮਈਆ ਹੋਰ ਬਈ ਚੜ ਗਿਆ ਮੇਰੀ ਅੰਬੇ ਹੋਰ ਜੈ ਜੈ ਕਾਲ ਮਦਰ ਵਿੱਚ ਆਰਤੀ ਜੈ ਮਾਂ ਸੱਚੀਆਂ ਜੋਤਾਂ ਵਾਲੀ ਆਰਤੀ ਜੈ ਮਾਂ ਕਾਹੇ ਦੀ ਭਵਾਨੀ ਤੇਰੀ ਆਰਤੀ ਬਣਾਵਾ ਕਾਹੇ ਦੀ ਭਵਾਨੀ ਤੇਰੀ ਆਰਤੀ ਬਣਾਵਾ ਕਾਹੇ ਦੀ ਪਾਵਾਂ ਵਿੱਚ ਪਾਤੀ ਮੰਦਰ ਵਿੱਚ ਆਰਤੀ ਜੈ ਮਾਂ ਸੱਚੀਆਂ ਜੋਤਾਂ ਵਾਲੀ ਆਰਤੀ ਜੈ ਮਾਂ ਹੋ
سرو سونے دی تیری آرتی بناوا سرو سونے دی تیری آرتی بناوا اگر کپور پاوا پاتی مدنی وچ آرتی جما مابی پنڈی رانی آرتی جما او کس سوہاگن دی بابا لے آ میری میا کون سوہاگن دی بابا لے آ میری امبے کون جاگے گا ساری رات مدر نیچ آرتی جما پاجگ راتیں والی آرتی جما او سرو سوہاگن دی بابا لے آ میری میا سرو سوہاگن دی بابا لے آ میری امبے جوت جاگے گی ساری رات مدر وچ آرتی جے ماں سوہے چولیاں والی آرتی جے ماں بھیا کن بھیا تیرا پاون بنایا کن بھیا تیرا مدر بنایا کس تیرا چور چونایا مدر وچ آرتی جے ماں سونے چورا والی آرتی جے ماں تیرا پنجا پنجا پانڈواں نے پاون بنایا پنجا پنجا پانڈواں نے پاون بنایا ارجن چور چونایا مدر وچ آرتی جے ماں آوے پنڈی رانی آرتی جے ماں ایا نگے نگے پیری چل اکبر آیا نگے نگے پیری چل اکبر آیا کٹ کے شیش سونے دا چتر چڑھایا مدر وچ آرتی جے ماں سونے دے چھپرا والی آرتی جے ماں بھیا جانو بھیا جی تیرا بھگت کہایا جانو بھیا جی تیرا بھگت کہایا کٹ کے شیش چڑھایا جوانا مدر آرتی جے ماں بندہ دی رکھوالی آرتی جے ماں او یگ یگ جیوے تیرا جموے دا راجا یگ یگ جیوے تیرا جموے دا راجا جس تیرا بھون بنایا ویشنو دیوی آرتی جے ماں پاوی پنڈی رانی آرتی جے ماں یگ یگ جیوے تیرا جموے دا راجا یگ یگ جیوے تیرا جموے دا راجا جموے دا راجا پہاڑا دا راجا جموے دا راجا پہاڑا دا راجا جس تیرا بھون بنایا ویشنو دیوی آرتی جے ماں مابی پنڈی رانی آرتی جے ماں سمر چرن تیرا جانو یش گاوے سمر چرن تیرا جانو یش گاوے جو دھیاوے سوئی پھل پاوے جو دھیاوے ماتا پھل پاوے رکھ بانے دی لاج مگر وچ آرتی جے ماں سوئے بانے والی آرتی جے ماں سنری نتر والی آرتی جے ماں اور بھئی دن چڑھ گیا میری بھیا اور بھئی دن چڑھ گیا میری امبے اور جے جے کار مدر وچ آرتی جے ماں آبی پنڈی رانی آرتی جے ماں شیرا والی بھیا آرتی جے ماں چھنکا بھنی بھیا آرتی جے ماں ਮਹਾਮਾਈ ਦਾ ਪਾਵਨ ਚੋਲਾ ਤੋਂ ਵੱਟਾ ਭਗਤ ਜੀ ਲੈ ਕੇ ਆਣਗੇ ਇਸ ਚੋਲੇ ਵਿੱਚ ਦੁਪੱਟੇ ਵਿੱਚ ਗੁਪਤ ਅਰਦਾਸ ਹੋਏਗੀ ਪਹਿਲੀ ਵਧਾਈ ਸ਼ੇਰਾ ਵਾਲੀ ਮਨੂ ਹੋਵੇ ਰਚਿਆ ਸਾਰਾ ਸੰਸਾਰ ਦੀ ਵਧਾਈ ਹੋਵੇ
ਫੁੱਲਾਂ ਤੇ ਆਈ ਏ ਬਹਾਰ ਦੀ ਵਧਾਈ ਹੋਵੇ ਦੂਜੀ ਵਧਾਈ ਸੱਜੇ ਰੋਣਾ ਜੀ ਨੂੰ ਹੋਵੇ ਦੂਜੀ ਵਧਾਈ ਸੱਜੇ ਰੋਣਾ ਜੀ ਨੂੰ ਹੋਵੇ ਜਾਗਾ ਕਰਵਾਇਆ ਸ਼ਮਸ਼ਾਦਾਰ ਦੀ ਵਧਾਈ ਹੋਵੇ ਫੁੱਲਾਂ ਤੇ ਆਈ ਏ ਬਹਾਰ ਦੀ ਵਧਾਈ ਹੋਵੇ ਅਗਲੀ ਵਧਾਈ ਰਿਸ਼ਤੇਦਾਰਾਂ ਨੂੰ ਹੋਵੇ ਅਗਲੀ ਵਧਾਈ ਰਿਸ਼ਤੇਦਾਰਾਂ ਨੂੰ ਸਜਰਾਈਆਂ ਸ਼ਰਦਾਨਾਰ ਦੀ ਵਧਾਈ ਹੋਵੇ ਫੁੱਲਾਂ ਤੇ ਆਈ ਏ ਬਹਾਰ ਦੀ ਵਧਾਈ ਹੋਵੇ ਅਗਲੀ ਵਧਾਈ ਆਈ ਸੰਗਤ ਨੂੰ ਹੋਵੇ ਅਗਲੀ ਵਧਾਈ ਸਾਰੀ ਸੰਗਤ ਨੂੰ ਹੋਵੇ ਜਾਗਾ ਜਸ਼ਨਿਆਂ ਕਿਹੜੇ ਬੈਠੇ ਰਹੇ ਨੇ ਸਾਰੀ ਰਾਤ ਦੀ ਵਧਾਈ ਹੋਵੇ ਫੁੱਲਾਂ ਤੇ ਆਈ ਏ ਬਹਾਰ ਦੀ ਵਧਾਈ ਹੋਵੇ ਅਗਲੀ ਵਧਾਈ ਸੁਰਿੰਦਰ ਚੰਚਲ ਨੂੰ ਹੋਵੇ ਅਗਲੀ ਵਧਾਈ ਸਾਡੇ ਚੰਚਲ ਜੀ ਨੂੰ ਹੋਵੇ ਹਿੱਟਾਂ ਸੁਣਾਈਆਂ ਕਰਦਾ ਨਾਲ ਦੀ ਵਧਾਈ ਹੋਵੇ ਫੁੱਲਾਂ ਤੇ ਆਈ ਏ ਬਹਾਰ ਦੀ ਵਧਾਈ ਹੋਵੇ ਅਗਲੀ ਵਧਾਈ ਜਿੰਨਾ ਪਵਨ ਸਜਾਇਆ ਅਗਲੀ ਵਧਾਈ ਦਰਬਾਰ ਵਾਲੇ ਨੂੰ ਮਾਤਾ ਪਵਨ ਸਜਾਇਆ ਸ਼ਾਰਦਾ ਦੀ ਵਧਾਈ ਹੋਵੇ ਫੁੱਲਾਂ ਤੇ ਆਈ ਏ ਬਹਾਰ ਦੀ ਵਧਾਈ ਹੋਵੇ ਸਾਰੀਆਂ ਵਧਾਈਆਂ ਦੇਵੀ ਊਸ਼ਾ ਜੀ ਨੂੰ ਹੋਵਣ ਸਾਰੀਆਂ ਵਧਾਈਆਂ ਦੇਵਾ ਊਸ਼ਾ ਜੀ ਨੂੰ ਹੋਵਣ ਮੰਦਿਰ ਜੋ ਬਣਿਆ ਆਲੀਸ਼ਾਨ ਦੀ ਵਧਾਈ ਹੋਵੇ ਫੁੱਲਾਂ ਤੇ ਆਈ ਏ ਬਹਾਰ ਦੀ ਵਧਾਈ ਹੋਵੇ ਧਰਮ ਕੀ ਅਧਰਮ ਕਾ ਨਾਸ਼ ਹੋ ਪ੍ਰਾਣੀਆਂ ਮੇਂ ਸਰਭਾਵਨਾ ਹੋ ਸੰਸਾਰ ਸਮਾਜ ਕੀ ਜੈ ਹੋ ਸਨਾਤਨ ਧਰਮ ਕੀ ਜੈ ਹੋ ਭਗਤ ਔਰ ਭਗਵਾਨ ਕੀ ਜੈ ਹੋ ਗਾਇਤਰੀ ਮਾਤਾ ਕੀ ਜੈ ਹੋ ਗੀਤਾ ਮਾਤਾ ਕੀ ਜੈ ਹੋ ਗਊ ਮਾਤਾ ਕੀ ਜੈ ਹੋ ਗੰਗਾ ਮਾਤਾ ਕੀ ਜੈ ਹੋ ਜਨਮ ਦੇਣ ਵਾਲੀ ਮਾਤਾ ਕੀ ਜੈ ਹੋ ਮਾਤ ਪਿਤਾ ਕੀ ਜੈ ਹੋ ਕੁਲ ਦੇਵੀ ਕੀ ਜੈ ਹੋ ਪਿਤਰਦੇਵ ਮਹਾਰਾਜ ਕੀ ਹਾਂਜੀ ਜੋਧਾ ਪ੍ਰਸ਼ਾਦ ਸਾਰਿਆਂ ਲੈ ਲਿਆ ਬੋਲਣਾ